ਲਿਓ। ਆ ਵੀਡੀਓ ਖਤਮ ਹੋਣ ਤੋਂ ਬਾਅਦ ਤੁਸੀਂ MCQ ਖੁਦ ਟਰਾਈ ਕਰਕੇ ਵੇਖ ਲਿਓ, ਤੁਹਾਡੇ MCQ ਕੁਸ਼ਚਨ ਟਾਈਪ ਸਾਰੇ ਸਹੀ ਹੋਣਗੇ। ਬਟ ਸ਼ਰਤ ਇੱਕੋ ਆ, ਜਿਹੜਾ ਮੈਨੂੰ ਪਤਾ ਹੈ ਕਿ ਤੁਹਾਨੂੰ ਇਸ ਵੀਡੀਓ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ, ਤੇ ਲਓ ਫਿਰ ਤੁਸੀਂ ਹੁਕਮ ਕੀਤਾ ਤਾਂ ਤੁਹਾਡੇ ਸਾਹਮਣੇ ਮੈਂ ਵੀਡੀਓ ਲੈ ਕੇ ਆ ਗਿਆ ਵਾਂ। IELTS ਲਿਸਨਿੰਗ MCQ ਕੁਸ਼ਚਨ ਟਾਈਪ ਅੱਜ ਆਪਾਂ ਸੋਲਵ ਕਰਾਂਗੇ, ਬੜੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਮੈਂ ਸਮਝਾਊਂਗਾ, ਕਿਉਂਕਿ ਤੁਹਾਡੇ ਬਹੁਤ ਮੈਸੇਜਸ ਆ ਰਹੇ ਸੀ ਕਿ ਸਰ ਲਿਸਨਿੰਗ MCQ ਕਰਕੇ ਸਾਡਾ ਲਿਸਨਿੰਗ ਦਾ ਸਕੋਰ ਜਿਹੜਾ ਵਾ ਉਹ ਇੰਪਰੂਵ ਨਹੀਂ ਹੁੰਦਾ ਪਿਆ। ਸਾਡੇ ਕੋਲ ਜਿਹੜੇ ਸਮਾਲ MCQs ਹੁੰਦੇ, ਮਤਲਬ ਜਿਹਨਾਂ ਦੇ ABC ਆਪਸ਼ਨ ਛੋਟੇ ਛੋਟੇ ਹੁੰਦੇ, ਉਹ ਸੋਲਵ ਹੋ ਜਾਂਦੇ ਆ, ਬਟ ਜਿਹੜੇ ਲੌਂਗ MCQ ਹੁੰਦੇ ਉਹਨਾਂ ਦਾ ਸੋਲਿਊਸ਼ਨ ਦਿਓ। ਤੇ ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਤੁਸੀਂ ਹੁਕਮ ਕਰਦੇ ਜੇ, ਜਿਸ ਤਰ੍ਹਾਂ ਦਾ ਤੁਹਾਨੂੰ ਕੰਟੈਂਟ ਚਾਹੀਦਾ ਆ, ਆਪਾਂ ਨੈਕਸਟ ਵੀਡੀਓ ਉਸੇ ਤੇ ਬਣਾਈ ਦੀ ਆ। ਸੋ ਆਓ ਫਿਰ ਵੀਡੀਓ ਸਟਾਰਟ ਕਰਦੇ ਆ, ਤੇ ਇੱਕ ਰਿਕੁਐਸਟ ਹੈ, ਜੇਕਰ ਤੁਸੀਂ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ IELTS ਜਰਨੀ 46 ਨੂੰ, ਹੁਣੇ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਤੇ ਜ਼ਰੂਰ ਕਲਿੱਕ ਕਰ ਲਿਓ। ਤੇ ਜਿਵੇਂ ਕਿ ਤੁਹਾਨੂੰ ਪਤਾ ਆ, ਸਿਰਫ 2000 ਸਬਸਕ੍ਰਾਈਬਰ ਆਪਾਂ ਨੂੰ ਹੋਰ ਚਾਹੀਦੇ ਆ, ਤੇ ਆਪਣੇ 50,000 ਸਬਸਕ੍ਰਾਈਬਰ YouTube ਫੈਮਿਲੀ ਜਿਹੜੀ ਉਹ ਕੰਪਲੀਟ ਹੋ ਜਾਣੀ ਹੈ। ਸੋ ਪਲੀਜ਼, ਜਿਸ ਤਰ੍ਹਾਂ ਤੁਸੀਂ ਪਹਿਲਾਂ ਪਿਆਰ ਦਿਖਾਉਂਦੇ ਰਹੇ ਹੋ, ਦਿਖਾ ਰਹੇ ਹੋ, ਤੇ ਇਸੇ ਤਰ੍ਹਾਂ ਹੋਰ ਪਿਆਰ ਦਿਖਾਓ, ਚੈਨਲ ਨੂੰ ਸਪੋਰਟ ਕਰੋ, ਸ਼ੇਅਰ ਕਰੋ, ਤੇ ਜਲਦੀ ਜਲਦੀ ਆਪਾਂ 50K ਸਬਸਕ੍ਰਾਈਬਰ ਆਪਣੇ ਕੰਪਲੀਟ ਕਰੀਏ, ਤੇ ਇਸ ਚੈਨਲ ਨੂੰ ਹੋਰ ਜ਼ਿਆਦਾ ਗਰੋ ਕਰੀਏ, ਕਿਉਂਕਿ ਤੁਹਾਡੀ ਸਪੋਰਟ ਮੈਨੂੰ ਮੋਟੀਵੇਸ਼ਨ ਦਿੰਦੀ ਆ। ਸੋ ਪਲੀਜ਼ ਸਬਸਕ੍ਰਾਈਬ, ਸ਼ੇਅਰ ਦਿਸ ਚੈਨਲ, ਤੇ ਆਓ ਫਿਰ ਆਪਾਂ ਗੱਲ ਕਰੀਏ ਕਿਵੇਂ ਅਸੀਂ IELTS ਲਿਸਨਿੰਗ ਦੇ MCQ ਸੋਲਵ ਕਰ ਸਕਦੇ ਹਾਂ। ਸੋ ਇਸ ਵੀਡੀਓ ਦੇ ਵਿੱਚ ਆਪਾਂ ਕਿਹੜੀਆਂ ਚੀਜ਼ਾਂ ਕਵਰ ਕਰਾਂਗੇ, ਤੁਹਾਡੇ ਸਾਹਮਣੇ ਵਾਈਟ ਬੋਰਡ ਤੇ ਲਿਖਿਆ ਲਿਸਨਿੰਗ MCQ ਪਾਰਟ 3। ਜ਼ਿਆਦਾਤਰ ਇਹ ਕੁਸ਼ਚਨ ਟਾਈਪ ਜਿਹੜੀ ਆ ਉਹ ਪਾਰਟ 3 ਦੇ ਵਿੱਚ ਆਉਂਦੀ ਹੈ, ਠੀਕ ਹੈ। ਇੱਕ ਚੀਜ਼ ਦਿਮਾਗ 'ਚ ਰੱਖ ਲਓ, ਤੁਹਾਨੂੰ ਲਿਸਨਿੰਗ ਦੇ ਵਿੱਚ ਹੋਰ ਕੋਈ ਕੁਸ਼ਚਨ ਟਾਈਪ ਮਿਸ ਹੋ ਜਾਏ, ਮਤਲਬ ਤੁਹਾਨੂੰ ਬਲੈਂਕਸ ਨਾ ਆਉਣ, ਸਮਰੀ ਨਾ ਆਵੇ, ਬਟ ਇਹ ਕੁਸ਼ਚਨ ਟਾਈਪ ਦਿਮਾਗ ਦੇ ਵਿੱਚ ਕਦੀ ਵੀ ਭੁਲੇਖਾ ਰੱਖ ਕੇ ਨਾ ਜਾਇਓ ਕਿ ਨਹੀਂ ਆਊਗੀ। ਬਹੁਤ ਰੇਅਰ ਚਾਂਸ ਹੋਣਗੇ, ਬਟ MCQ ਕੁਸ਼ਚਨ ਟਾਈਪ ਜ਼ਰੂਰ ਆਉਂਦੀ ਹੈ ਲਿਸਨਿੰਗ ਦੇ ਵਿੱਚ, ਤੇ ਇਹਦੇ ਵਿੱਚ ਹੀ ਸਭ ਤੋਂ ਜ਼ਿਆਦਾ ਸਾਨੂੰ ਡਰ ਲੱਗਦਾ ਆ, ਇਹਦੇ ਵਿੱਚ ਹੀ ਅਸੀਂ ਬਹੁਤ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਹਾਂ ਜਿਹਦੇ ਕਰਕੇ ਸਾਡੇ ਲਿਸਨਿੰਗ MCQ ਕਦੀ ਸੋਲਵ ਨਹੀਂ ਹੁੰਦੇ। ਤੇ ਸਿਰਫ ਇੱਕ ਚੀਜ਼ ਹੋਰ ਦਿਮਾਗ ਦੇ ਵਿੱਚ ਰੱਖ ਲਓ ਕਿ ਕੱਲੀ ਪ੍ਰੈਕਟਿਸ ਕਰਨ ਦੇ ਨਾਲ ਕੁਛ ਵੀ ਨਹੀਂ ਹੋਣਾ। ਜਿੰਨਾ ਚਿਰ ਤੱਕ ਤੁਸੀਂ ਲੌਜਿਕ ਜਿਹੜਾ ਵਾ ਉਹ ਨਹੀਂ ਸਮਝਦੇ, ਤੇ ਤੁਸੀਂ ਪ੍ਰੈਕਟਿਸ ਭਾਵੇਂ ਦਿਨ ਦੀਆਂ 5-5 ਲਿਸਨਿੰਗ ਕਰੀ ਜਾਓ, ਨਹੀਂ ਸੋਲਵ ਹੋਣੇ MCQ, ਕਿਉਂਕਿ ਮੈਂ ਸਿੱਧਾ ਫੈਕਟਸ ਤੇ ਗੱਲ ਕਰਦਾ ਹਾਂ, ਸਟ੍ਰੇਟ ਫਾਰਵਰਡ ਗੱਲ ਕਰਦਾ ਹਾਂ, ਤੇ ਜਿਹੜੀ ਸੱਚਾਈ ਹੈ ਉਹਦੇ ਬਾਰੇ ਗੱਲ ਕਰਦਾ ਹਾਂ। ਜਿੰਨੀ ਛੇਤੀ ਉਹਨੂੰ ਅਪਣਾ ਲਓਗੇ, ਉਨੀ ਛੇਤੀ ਤੁਹਾਡੇ ਲਿਸਨਿੰਗ MCQ ਇੰਪਰੂਵ ਹੋਣਗੇ। ਸੋ ਕਿਹੜੀਆਂ ਚੀਜ਼ਾਂ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ, ਸਭ ਤੋਂ ਪਹਿਲਾਂ ਹਾਊ ਟੂ ਕਰੈਕਟ ਆਲ MCQ ਕੁਸ਼ਚਨਸ, ਕਿਸ ਤਰ੍ਹਾਂ ਅਸੀਂ ਸਾਰੇ MCQ ਕੁਸ਼ਚਨ ਟਾਈਪ ਜਿਹੜੇ ਉਹ ਕਰੈਕਟ ਕਰ ਸਕਦੇ ਹਾਂ। ਸੈਕਿੰਡ, ਸੋਲਿਊਸ਼ਨ ਆਫ ਲੌਂਗ MCQ, ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੈ ਕਿ ਸਮਾਲ MCQ ਸਾਰੇ ਸੋਲਵ ਕਰ ਲੈਂਦੇ ਆ, ਬਟ ਲੌਂਗ MCQ ਜਿਨ੍ਹਾਂ ਦੀ ਉਹਨਾਂ ਨੇ ਆਪਣੇ ਕੋਲ ABC ਆਪਸ਼ਨ ਦਿੱਤੀ ਹੁੰਦੀ ਹੈ, ਬਹੁਤ ਲੈਂਥੀ ਹੁੰਦੀ ਹੈ, ਉਹਨਾਂ ਵਿੱਚ ਬੱਚੇ ਡਿਸਾਈਡ ਨਹੀਂ ਕਰ ਪਾਉਂਦੇ, ਉਹਦੇ ਬਾਰੇ ਗੱਲ ਕਰਾਂਗੇ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਸੋਲਿਡ ਮੈਥਡ ਆਪਾਂ ਤੁਹਾਨੂੰ ਦੱਸਾਂਗੇ, ਤੇ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਬਟ ਦੁਬਾਰਾ ਰਿਪੀਟ ਕਰੂੰਗਾ। ਸੋ ਕਿਸ ਤਰ੍ਹਾਂ ਅਸੀਂ ਸੋਲਵ ਕਰ ਸਕਦੇ ਹਾਂ, ਗਲਤੀਆਂ ਅਸੀਂ ਨਹੀਂ ਕਰਨੀਆਂ ਉਹ ਵੀ ਦੱਸੂਗਾ। ਸੋ ਇਹਦੇ ਵਿੱਚ ਇਹ ਨਹੀਂ ਹੈ ਕਿ ਤੁਹਾਨੂੰ ਕੋਈ ਲਿਸਨਿੰਗ ਮੈਂ ਪਲੇ ਕਰੂੰਗਾ, ਆਡੀਓ ਸੁਣੂਗੀ, ਜਸਟ ਮੈਂ ਤੁਹਾਨੂੰ ਮੈਥਡ ਦੱਸਣਾ ਆ, ਗਲਤੀਆਂ ਦੱਸਣੀਆਂ ਆ, ਕਿਉਂਕਿ ਜੇਕਰ ਤੁਸੀਂ ਆਪਣੀਆਂ ਗਲਤੀਆਂ ਸੁਧਾਰ ਲਈਆਂ ਤੇ ਲਿਸਨਿੰਗ MCQ ਤੁਸੀਂ ਸਾਰੇ ਕਰੈਕਟ ਕਰ ਸਕਦੇ ਹੋ, ਤੇ ਕੋਈ ਵੀ ਗਲਤ ਨਹੀਂ ਹੋਊਗਾ, ਚੀਜ਼ ਅਪਲਾਈ ਕਰਕੇ ਵੇਖ ਲਿਓ ਭਾਵੇਂ। ਸੋ ਵਾਈਟ ਬੋਰਡ ਤੇ ਤੁਸੀਂ ਵੇਖ ਸਕਦੇ ਜੇ ਇੱਕ ਕੁਸ਼ਚਨ ਟਾਈਪ ਆਪਾਂ ਲਈ ਹੈ, MCQ ਕੁਸ਼ਚਨ ਟਾਈਪ ਆ, ਜਿਹਦੇ ABC ਆਪਸ਼ਨ ਆਪਣੇ ਕੋਲ ਆ, ਲੌਂਗ MCQ ਆ, ਤੁਸੀਂ ਵੇਖ ਸਕਦੇ ਹੋ। ਬਟ ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਆ ਗਲਤੀ ਬਾਰੇ ਕਿ ਅਸੀਂ ਕਿਹੜੀ ਗਲਤੀ ਕਰਦੇ ਹਾਂ, ਤੁਸੀਂ ਇਸ ਚੀਜ਼ ਨੂੰ ਧਿਆਨ ਨਾਲ ਵੇਖਿਓ, ਤੁਸੀਂ ਵੀ ਪੱਕੀ ਗੱਲ ਇਹੋ ਗਲਤੀ ਕਰਦੇ ਹੋਗੇ ਜਦੋਂ ਵੀ MCQ ਕੁਸ਼ਚਨ ਟਾਈਪ ਆਪਣੇ ਅੱਗੇ ਆਉਂਦੀ ਆ। ਸਭ ਤੋਂ ਪਹਿਲੀ ਗਲਤੀ ਅਸੀਂ ਕਰਦੇ ਆ, ਅਸੀਂ ਬਹੁਤ ਕਾਹਲੀ ਦੇ ਵਿੱਚ ਹੁੰਦੇ ਹਾਂ ਕਿ ਉਹ ਅਜੇ ਆਹ ਕੁਸ਼ਚਨ ਬੋਲਦਾ ਹੁੰਦਾ ਹੈ, ਮਤਲਬ 3 ਆਪਸ਼ਨ ਬੋਲ ਰਹੇ ਹੁੰਦੇ ਹੋ ਜਾਂ 2 ਬੰਦੇ ਡਿਸਕਸ਼ਨ ਕਰਦੇ ਹੁੰਦੇ ਆ, ਅਸੀਂ ਤੀਸਰੇ MCQ ਤੇ ਪਹੁੰਚ ਜਾਂਦੇ ਹਾਂ, ਸਾਡਾ ਆਨਸਰ ਅਜੇ ਪਹਿਲੇ ਦਾ ਨਹੀਂ ਚੱਲਣ ਦਿਆ ਹੁੰਦਾ। ਬਹੁਤ ਬੱਚਿਆਂ ਦੇ ਦਿਮਾਗ 'ਚ ਇਹ ਚੀਜ਼ ਮਿੱਥ ਆ,
ਤੇ ਬੜੇ ਸੈਂਟਰਾਂ ਵੱਲੋਂ ਇਹ ਚੀਜ਼ ਦਿਮਾਗ 'ਚ ਬਿਠਾਈ ਜਾਂਦੀ ਹੈ ਕਿ ਜਿਹੜਾ ਉਹ ਫਸਟ ਬੋਲਦੇ ਆ ਉਹ ਆਂਸਰ ਕਰੈਕਟ ਹੁੰਦਾ ਹੈ। ਇਸ ਤਰ੍ਹਾਂ ਕਦੀ ਨਹੀਂ ਹੁੰਦਾ, ਉਹ ਤਿੰਨੇ ਆਪਸ਼ਨ ਬੋਲਦੇ ਆ। ਇਹ ਮਤ ਸੋਚਿਓ ਕਿ ਉਹ ਇੱਕ ਆਪਸ਼ਨ ਬੋਲਣਗੇ ਸਿਰਫ ਵਿੱਚੋਂ, ਉਹ ਤਿੰਨੇ ਆਪਸ਼ਨ ਬੋਲਦੇ ਆ, ਬਟ ਤਿੰਨੇ ਆਪਸ਼ਨ ਬੋਲਣ ਦੇ ਵਿੱਚ ਉਹ ਇੱਕ ਚੀਜ਼ ਦੇ ਨਾਲ ਐਗਰੀ ਕਰਦੇ ਆ। ਬਸ ਅਸੀਂ ਉਹ ਫਾਈਂਡ ਆਊਟ ਕਰਨਾ ਹੁੰਦਾ ਹੈ, ਜੇ ਅਸੀਂ ਉਹ ਫਾਈਂਡ ਆਊਟ ਕਰ ਲਿਆ ਸਾਡਾ ਆਂਸਰ ਕਰੈਕਟ ਹੋਊਗਾ। ਤੇ ਐਮਸੀਕਿਊ ਕਰਨ ਲੱਗੇ ਨਾ ਬਿਲਕੁਲ ਰਿਲੈਕਸ ਹੋ ਜਾ ਕਰੋ, ਸਿਰਫ ਸੁਣੋ। ਤੁਸੀਂ ਕਰਨਾ ਕੀ ਆ, ਸਿਰਫ ਇੱਕ ਟਿਕ ਲਾਉਣੀ ਆ ਤੁਸੀਂ, ਉਹ ਤੁਹਾਡਾ ਆਂਸਰ ਕਰੈਕਟ ਹੋਣਾ ਆ ਜਾਂ ਇਨਕਰੈਕਟ ਹੋਣਾ ਆ। ਬਟ ਉਹ ਆਂਸਰ ਗਲਤ ਕਿਉਂ ਹੁੰਦਾ ਆ, ਕਿਉਂਕਿ ਸਾਡੀਆਂ ਆਦਤਾਂ ਇਸ ਤਰ੍ਹਾਂ ਦੀਆਂ ਪਈਆਂ ਹੋਈਆਂ। ਲਿਸਨਿੰਗ ਐਮਸੀਕਿਊ ਸੋਲਵ ਕਰਨ ਲੱਗਿਆਂ ਮੈਂ ਇੱਕ ਕੁਐਸਚਨ ਪੜ੍ਹਦਾ ਹੈ, ਕੁਐਸਚਨ ਦੇ ਵਿੱਚ ਮੈਂ ਵੇਖ ਲੈਂਦਾ ਓਕੇ ਨਿਊ ਇੰਪਰੂਵਮੈਂਟ, ਉਸ ਤੋਂ ਬਾਅਦ ਮੈਂ ਇੱਥੇ ਕਰ ਲੈਣਾ ਡੋਗ ਨੂੰ ਸਰਕਲ ਕਰ ਲੈਂਦੇ ਆ ਜਾਂ ਅੰਡਰਲਾਈਨ ਕਰ ਲੈਂਦੇ ਆ। ਫਿਰ ਇਸ ਤੋਂ ਬਾਅਦ ਨਿਊ ਬੈਚ, ਇੱਥੇ ਐਨੀਮਲਸ, ਉਸ ਤੋਂ ਬਾਅਦ ਐਕਸਪੈਂਡਡ। ਬੱਚੇ ਇਸ ਤਰ੍ਹਾਂ ਐਮਸੀਕਿਊ ਸੋਲਵ ਕਰਦੇ ਆ, ਤੇ ਇਸ ਤਰ੍ਹਾਂ ਐਮਸੀਕਿਊ ਸੋਲਵ ਕਰਨ ਲੱਗਿਆਂ ਤੁਹਾਡੇ ਆਂਸਰ ਕਦੀ ਵੀ ਕਰੈਕਟ ਨਹੀਂ ਆਉਣਗੇ। ਇਹ ਚਾਹੇ ਤੁਸੀਂ ਲਿਖ ਲਓ ਅੱਜ, ਬਟ ਐਮਸੀਕਿਊ ਸੋਲਵ ਕਰਨ ਦਾ ਇੱਕੋ ਇੱਕ ਤਰੀਕਾ ਆ, ਜਿੰਨਾ ਚਿਰ ਕੁਐਸਚਨ ਨੂੰ ਤੁਸੀਂ ਚੰਗੀ ਤਰ੍ਹਾਂ ਅੰਡਰਸਟੈਂਡ ਨਹੀਂ ਕਰਦੇ, ਵੇਖੋ ਤੁਹਾਨੂੰ ਆਂਸਰ ਕਿਹਦਾ ਚਾਹੀਦਾ ਆ। ਜੇ ਤੁਸੀਂ ਇਹ 'ਚ ਹੀ ਫਸੇ ਰਹੋਗੇ ਆਂਸਰ ਕਦੀ ਕਰੈਕਟ ਨਹੀਂ ਹੋਣਾ। ਆਂਸਰ ਚਾਹੀਦਾ ਕਿਹਦਾ ਸਾਨੂੰ, ਕੁਐਸਚਨ ਦਾ। ਸੋ ਜ਼ਿਆਦਾ ਫੋਕਸ ਕੁਐਸਚਨ 'ਤੇ ਰੱਖਿਆ ਕਰੋ। ਵੇਖੋ ਕੁਐਸਚਨ ਕੀ ਪੁੱਛਦਾ ਪਿਆ, ਇਹ ਤੁਹਾਨੂੰ ਲਿਸਨਿੰਗ ਲਿਸਨਿੰਗ ਤੁਹਾਨੂੰ ਯੂਟਿਊਬ 'ਤੇ ਵੀ ਮਿਲ ਜੂਗੀ, ਸਰਚ ਕਰ ਲਿਓ ਅਤੇ ਆਂਸਰ ਵੀ ਤੁਸੀਂ ਚੈੱਕ ਕਰ ਸਕਦੇ ਜੇ। ਬਟ ਮੇਰਾ ਸਿਰਫ ਇਹ ਵੀਡੀਓ ਬਣਾਉਣ ਦਾ ਮਤਲਬ ਇਹੋ ਹੀ ਆ ਕਿ ਮੈਂ ਵੀਡੀਓ ਨੂੰ ਲੰਬੀ ਨਾ ਕਰਾਂ, ਬਟ ਤੁਹਾਨੂੰ ਮੈਥਡ ਦੱਸਦਾ ਕਿ ਗਲਤੀਆਂ ਇਹ ਨਹੀਂ ਕਰਨੀਆਂ ਅਤੇ ਕਿਹੜੀ ਚੀਜ਼ ਨੂੰ ਫੋਲੋ ਕਰਨਾ ਜਿਹਦੇ ਨਾਲ ਆਪਣਾ ਬੈਂਡ ਸਕੋਰ ਇੰਪਰੂਵ ਹੋ ਸਕੇ ਅਤੇ ਇਹ ਸਾਰੇ ਕੁਐਸਚਨ ਕਰੈਕਟ ਹੋਣ। ਉਹ ਜਿਹੜੀਆਂ ਤਿੰਨ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਉਹ ਆਪਸ 'ਚ ਕਨੈਕਟਡ ਆ, ਉਹ ਸਾਰੀਆਂ ਇਸ 'ਚ ਮੈਂ ਕਵਰ ਕਰ ਦੇਣੀਆਂ। ਵੇਖੋ ਕੁਐਸਚਨ ਕੀ ਆ, ਵਟ ਇਜ਼ ਦਾ ਨਿਊ ਇੰਪਰੂਵਮੈਂਟ ਅਬਾਊਟ ਜ਼ੂ ਦਿਸ ਟਾਈਮ। ਹੁਣ ਦਿਸ ਟਾਈਮ ਬਹੁਤ ਇੰਪੋਰਟੈਂਟ ਆ, ਕਿਉਂਕਿ ਪ੍ਰੈਜੈਂਟ ਦੀ ਗੱਲ ਪੁੱਛਣ ਦਿਆ ਆ ਕਿ ਕਿਹੜੀ ਨਵੀਂ ਇੰਪਰੂਵਮੈਂਟ ਆ ਜ਼ੂ ਦੇ ਵਿੱਚ ਦਿਸ ਟਾਈਮ, ਮਤਲਬ ਪ੍ਰੈਜੈਂਟ ਟਾਈਮ। ਚਾਹੇ ਉਹ ਪਾਸਟ ਬਾਰੇ ਜੋ ਮਰਜ਼ੀ ਬੋਲੀ ਜਾਵੇ, ਮੈਨੂੰ ਆਂਸਰ ਉਹ ਨਹੀਂ ਚਾਹੀਦਾ। ਇੱਕ ਚੀਜ਼ ਦਿਮਾਗ 'ਚ ਕਲੈਰਿਟੀ ਆ ਜੂਗੀ, ਜਦੋਂ ਉਹ ਪਾਸਟ ਵਾਲੀ ਕੋਈ ਚੀਜ਼ ਬੋਲੂਗਾ ਉਹ ਆਪਣਾ ਆਂਸਰ ਨਹੀਂ ਹੋਊਗਾ, ਕਿਉਂਕਿ ਉਹਨੇ ਪ੍ਰੈਜੈਂਟ ਬਾਰੇ ਪੁੱਛਿਆ ਆਪਾਂ ਨੂੰ। ਇਹਨਾਂ ਚੀਜ਼ਾਂ 'ਤੇ ਧਿਆਨ ਦਿਆ ਕਰੋ। ਦਿਸ ਟਾਈਮ ਦਾ ਮਤਲਬ ਕਿ ਉਹ ਪ੍ਰੈਜੈਂਟ ਟਾਈਮ ਬਾਰੇ ਪੁੱਛਦਾ ਪਿਆ ਵਾ ਕਿ ਕਿਹੜੀ ਨਵੀਂ ਇੰਪਰੂਵਮੈਂਟ ਜਿਹੜੀ ਜ਼ੂ ਦੇ ਵਿੱਚ ਆਈ ਆ ਦਿਸ ਟਾਈਮ। ਦੈਟ ਮੀਨਸ ਦੇ ਆਰ ਆਸਕਿੰਗ ਅਬਾਊਟ ਪ੍ਰੈਜੈਂਟ ਟਾਈਮ। ਓਕੇ, ਸੋ ਉਹ ਇਹਨਾਂ ਵਿੱਚ ਕਿਵੇਂ ਡਿਫਰੈਂਸ਼ੀਏਟ ਕਰਦੇ ਮੈਂ ਤੁਹਾਨੂੰ ਦੱਸਦਾ। ਜੇ ਤਾਂ ਤੁਸੀਂ ਇਹ ਦਿਮਾਗ ਦੇ ਵਿੱਚ ਲੈ ਕੇ ਚੱਲਦੇ ਪਏ ਜੇ ਕਿ ਉਹ ਡੋਗ ਨੂੰ ਡੋਗ ਹੀ ਬੋਲੂਗਾ, ਨਹੀਂ ਹੋਣਾ। ਸੈਕਿੰਡ, ਜੇ ਤੁਸੀਂ ਇਹ ਸੋਚਦੇ ਪਏ ਕਿ ਐਨੀਮਲਸ ਜਿਹੜੇ ਆ ਨਿਊ ਬੈਚ ਉਹ ਪੂਰੀ ਲਾਈਨ ਨੂੰ ਐ ਨਰੇਟ ਕਰਨਗੇ, ਨਹੀਂ ਹੋਣਾ। ਜੇ ਇਸ ਤਰ੍ਹਾਂ ਸੋਚਦੇ ਪਏ ਕਿ ਥਰਡ ਆਪਸ਼ਨ ਐਕਸਪੈਂਡਡ ਆ ਜਾਂ ਉਹਨੂੰ ਲਾਰਜ ਬੋਲ ਦੇਣਗੇ, ਇਸ ਤਰ੍ਹਾਂ ਹੋ ਸਕਦਾ ਹੈ ਕਿਉਂਕਿ ਸਿਨੋਨੀਅਮ ਯੂਜ਼ ਕਰ ਲੈਂਦੇ ਆ ਤੇ ਅਸੀਂ ਉਹ 'ਚ ਹੀ ਫਸ ਕੇ ਰਹਿ ਜਾਂਦੇ ਹਾਂ। ਸਰ ਆਹ ਤੇ ਵਰਡ ਬੋਲਿਆ ਨਹੀਂ ਉਹਨੇ, ਆਹ ਤੇ ਕੀਤਾ ਨਹੀਂ ਉਹਨੇ, ਉਹ ਸਿਨੋਨੀਅਮ ਯੂਜ਼ ਕਰਦੇ ਆ। ਇੱਕ ਚੀਜ਼ ਹੋਰ ਸੁਣ ਲਓ, ਜਦੋਂ ਆਪਸ 'ਚ ਡਿਸਕਸ਼ਨ ਕਰਦੇ ਹਾਂ, ਬਟ ਹਾਊਐਵਰ ਜਾਂ ਐਮ ਬੋਲ ਦੇਣ, ਆਈ ਐਮ ਅਫਰੇਡ ਆਫ, ਠੀਕ ਆ। ਇਹ ਤਿੰਨ ਵਰਡ ਦਿਮਾਗ 'ਚ ਰੱਖ ਲਓ, ਜਦੋਂ ਉਹ ਡਿਸਕਸ਼ਨ ਕਰਦੇ ਆ ਆਪਸ ਦੇ ਵਿੱਚ ਇਸ ਤਰ੍ਹਾਂ ਦੇ ਵਰਡ ਬੋਲਣ, ਬਟ ਹਾਊਐਵਰ ਆਈ ਐਮ ਅਫਰੇਡ, ਦੈਟ ਮੀਨਸ ਉਹ ਆਪਣਾ ਆਂਸਰ ਚੇਂਜ ਕਰ ਰਹੇ। ਮੰਨ ਲਓ ਉਹਨਾਂ ਨੇ ਪਹਿਲੀ ਕੁਐਸਚਨ ਬੋਲੀ, ਦ ਜ਼ੂ ਹੈਜ਼ ਬਿਲਟ ਅ ਡੋਗ ਵਾਕਿੰਗ ਏਰੀਆ। ਮੈਂ ਸਿੱਧੀ ਬੋਲਦਾ ਪਿਆ, ਬਟ ਉਹ ਇਸ ਤਰ੍ਹਾਂ ਨਹੀਂ ਬੋਲਣਗੇ, ਉਹ ਪੈਟਸ ਬੋਲ ਸਕਦੇ ਆ, ਕੁਛ ਇਸ ਤਰ੍ਹਾਂ ਬੋਲ ਸਕਦੇ ਆ, ਬਟ ਉਸ ਤੋਂ ਬਾਅਦ ਬੋਲਣਗੇ, ਬਟ ਆਈ ਥਿੰਕ ਦ ਅਮੇਜ਼ਿੰਗ ਚੇਂਜ, ਮਤਲਬ ਉਹ ਇਸ ਤੋਂ ਬਾਅਦ ਇੱਥੇ ਆ ਸਕਦੇ ਆ, ਉਸ ਤੋਂ ਬਾਅਦ ਇੱਥੇ ਆ ਸਕਦੇ ਆ, ਇੱਥੇ ਆ ਸਕਦੇ ਆ। ਜਦੋਂ ਆ ਵਰਡ ਬੋਲਣ, ਸਮਝੋ ਤੁਹਾਡਾ ਆਂਸਰ ਚੇਂਜ ਹੋ ਗਿਆ।
ਤੇ ਆਹ ਚੀਜ਼ ਨੂੰ ਦਿਮਾਗ 'ਚ ਰੱਖਿਓ ਜੇ, ਫਿਰ ਤੁਹਾਡੇ MCQ ਸੋਲਵ ਹੋਣੇ ਜੇ। ਆਈ ਹੋਪ ਕਿ ਤੁਹਾਨੂੰ ਮੈਂ ਬਹੁਤ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਹੈ। ਮੈਂ ਇੱਕ ਹੀ ਕੁਐਸਚਨ ਟਾਈਪ ਲਈ ਆ, ਵੇਖੋ ਮੈਂ ਜੇ ਤੁਹਾਨੂੰ ਲਿਸਨਿੰਗ ਸੋਲਵ ਕਰਾਉਣੀ ਹੋਵੇ ਨਾ, ਮੈਂ ਇਹ ਵੀਡੀਓ 45 ਮਿੰਟ ਦੀ ਬਣਾ ਸਕਦਾ ਹਾਂ, ਬਟ ਉਹਦੇ ਨਾਲ ਹੋਊਗਾ ਕੀ? ਨਾ ਤੁਸੀਂ ਉਸ ਚੀਜ਼ ਦੀ ਪ੍ਰੈਕਟਿਸ ਕਰ ਸਕਣੀ ਆ, ਸਿਰਫ ਤੁਹਾਡਾ ਟਾਈਮ ਵੇਸਟ ਹੋਣਾ ਆ। ਜੇ ਮੈਂ ਤੁਹਾਨੂੰ ਇੱਕ ਕੁਐਸਚਨ ਵੀ ਤਰੀਕੇ ਨਾਲ ਸਮਝਾਤਾ ਨਾ ਕਿ ਆਹ ਚੀਜ਼ਾਂ ਦਾ ਧਿਆਨ ਰੱਖ ਲਓ ਤੇ ਆਹ ਅੰਡਰਲਾਈਨ ਵਾਲਾ ਕੰਮ ਛੱਡ ਦਿਓ ਤੇ ਆਹ ਤਿੰਨ ਵਰਡ ਦਿਮਾਗ 'ਚ ਬਿਠਾ ਲਓ, ਤੁਸੀਂ ਅੱਜ ਹੀ ਟਰਾਈ ਕਰਕੇ ਵੇਖ ਲਿਓ। ਆਹ ਵੀਡੀਓ ਖਤਮ ਹੋਣ ਤੋਂ ਬਾਅਦ ਤੁਸੀਂ MCQ ਖੁਦ ਟਰਾਈ ਕਰਕੇ ਵੇਖ ਲਿਓ, ਤੁਹਾਡੇ MCQ ਕੁਐਸਚਨ ਟਾਈਪ ਸਾਰੇ ਸਹੀ ਹੋਣਗੇ। ਬਟ ਸ਼ਰਤ ਇੱਕੋ ਆ, ਜਿਹੜਾ ਮੈਂ ਤਰੀਕਾ ਦੱਸਿਆ ਉਸ ਤਰੀਕੇ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕਰਿਓ, ਅੰਡਰਲਾਈਨ ਵਾਲਾ ਮੈਥਡ ਨਾ ਕਰਿਓ, ਕੁਐਸਚਨ ਤੇ ਜ਼ਿਆਦਾ ਫੋਕਸ ਰੱਖਿਓ, ਤੁਹਾਡੀ ਕੁਐਸਚਨ ਟਾਈਪ ਬਿਲਕੁਲ ਕਰੈਕਟ ਹੋਊਗੀ। ਤੇ ਬਹੁਤ ਬੱਚਿਆਂ ਨੇ ਵੀਡੀਓਜ਼ ਵੇਖ ਕੇ ਲਿਸਨਿੰਗ 'ਚੋਂ 8.5-9 ਬੈਂਡ ਤੱਕ ਲਏ ਆ, ਤੇ ਆਏ ਦਿਨ ਮੈਂ ਤੁਹਾਨੂੰ ਆਇਲਸ ਜਰਨੀ 46 ਯੂਟਿਊਬ ਚੈਨਲ 'ਤੇ ਵੀਡੀਓਜ਼ ਸ਼ੋਅ ਕਰਦਾ ਰਹਿਣਾ ਹੈ। ਸੋ ਜੇਕਰ ਤੁਸੀਂ ਵੀ ਚਾਹੁੰਦੇ ਜੇ ਕਿ ਵਧੀਆ ਬੈਂਡ ਸਕੋਰ ਲੈਣਾ ਆ, ਜੇ ਤੁਸੀਂ ਵੀ ਚਾਹੁੰਦੇ ਜੇ ਕਿ ਇਸ ਤਰ੍ਹਾਂ ਦੀ ਇਨਫੋਰਮੇਟਿਵ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਦੂਸਰਿਆਂ ਦਾ ਵੀ ਭਲਾ ਹੋ ਸਕੇ, ਪਲੀਜ਼ ਚੈਨਲ ਨੂੰ ਸ਼ੇਅਰ, ਸਬਸਕ੍ਰਾਈਬ ਤੇ ਬੈਲ ਆਈਕਨ ਤੇ ਜ਼ਰੂਰ ਕਲਿੱਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਇਹਦਾ ਆਨਸਰ ਤੁਹਾਨੂੰ YouTube ਤੇ ਮਿਲ ਜੂਗਾ। ਸੋ ਅੱਜ ਹੀ ਪ੍ਰੈਕਟਿਸ ਇਸ ਤਰ੍ਹਾਂ ਕਰਨੀ ਸਟਾਰਟ ਕਰ ਦਿਓ ਤੇ ਚੈਨਲ ਨੂੰ ਸਪੋਰਟ ਕਰਿਓ। ਮਿਲਦੇ ਹਾਂ ਨੈਕਸਟ ਵੀਡੀਓ 'ਚ, ਸਤਿ ਸ਼੍ਰੀ ਅਕਾਲ ਜੀ।